जिन्हों किछ जान्या नहीं।
श्लोक विच एक व्यंग है कहन लगे नींद भी सुखा दी समझ के मनुख सुत्ता पिया है पर आखिर वो सुख किवें महसूस करता है इस गल नू जानना पहले ये जानना जरूरी है कि नींद दे भी वक् वक् रूप ने एक नींद असी रोज लैने आराम लैने वो नींद ना आवे तो डॉक्टर को जाने तो आखी दे जी नींद नहीं आती दवाइया का सहारा भी नींद लैन लैने पर वो नींद कुछ समय ले फिर आपे जाग पई दे जां कोई संगी साथी जगा दिंदा ए नींद दा पहला पड़ा है जिसनू संसार ने आराम समझ के प्रवान कर लिया एक ख्याल करियो इस तो अगला पड़ा नींद दा खतरनाक घेरे विच प्रवेश कर जांदा है अगला पड़ा है बेहोशी वो भी नींद है जिस विच्चों कोई संगी साथी जगा नहीं सकता बेहोशी दी नींद विच्चों ते फिर केड़ी अजीब गल है पहला नींद लैन लई डॉक्टर कोल गया सी ते हुण जगाण लई डॉक्टर कोल सहारा लैंदा जी ए बेहोश है किसे तरह इसनू होश आ जाए ए जाग पवे कोई इलाज करो कोई इंजेक्शन दो कोई दवाई दो ये होश विच आ जाए डॉक्टर उपराला करता है पर एक ख्याल करो इस तो अगली एक होर नींद है जो इदों भी खतरनाक पड़ा विच है उन्दे तो डॉक्टर नहीं जगा सकता उन्दे तो कोई संगी साथी रिश्तेदार मित्र दोस्त भी नहीं जगा सकता वो है
ਅਗਿਆਨਤਾ ਦੀ ਨੀਂਦ ਜਿਹਨੂੰ ਕਿਸ ਜਾਣਿਆ ਨਹੀਂ, ਉਹ ਇੱਕ ਨੀਂਦ ਹੈ। ਅਗਿਆਨਤਾ ਨੂੰ ਵੀ ਨੀਂਦ ਆਖਿਆ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਸਰਵਣ ਸੋਏ ਸੋ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਉਹ ਵੀ ਇੱਕ ਨੀਂਦ ਹੈ। ਸਤਿਗੁਰੂ ਨੇ ਐਸੀ ਨੀਂਦ ਦੇ ਮਾਣਨ ਵਾਲੇ ਨੂੰ, ਜਿਹੜਾ ਖੁਸ਼ੀ ਖੁਸ਼ੀ ਮਾਣ ਰਿਹਾ ਹੋਵੇ, ਉਹਨੂੰ ਬਾਰਕ ਆਖਿਆ। ਉਹਦੇ 'ਚ ਪਛਾਣ ਅਣਜਾਣਤਾ ਹੈ। ਸਤਿਗੁਰੂ ਕਹਿੰਦੇ, ਚੰਚਲ ਮਤ ਬਾਰਕ ਬੱਪੜੇ ਕੀ ਸਰਪ ਅਗਣ ਕਰ ਮੇਲੇ। ਉਹ ਸੱਪ ਤੇ ਅਗਣ ਨੂੰ ਵੀ ਫਰਕ ਨੂੰ ਨਹੀਂ ਜਾਣਦਾ। ਇਸ ਲਈ ਅਣਜਾਣਤਾ ਅਗਿਆਨਤਾ ਵੀ ਇੱਕ ਨੀਂਦ ਹੈ। ਜਦੋਂ ਮਨੁੱਖ ਦਿਸਦਾ ਤਾਂ ਜਾਗਦਾ ਹੈ, ਪਰ ਗਫਲਤ ਦੀ ਨੀਂਦ ਸੌਂ ਜਾਂਦਾ ਹੈ। ਇਸ ਨੀਂਦ ਵਿੱਚੋਂ ਕੋਈ ਸੰਗੀ ਸਾਥੀ, ਈਵਨ ਡਾਕਟਰ ਵੀ ਨਹੀਂ ਜਗਾ ਸਕਦਾ। ਫਿਰ ਉਸਦੀ ਹਾਲਤ ਕੀ ਹੁੰਦੀ ਹੈ? ਆਵਤ ਕੋ ਜਾਤਾ ਕਹੇ, ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ, ਆਪਣੋ ਨਹੀਂ ਪਾਇਆ। ਇਹ ਵੀ ਇੱਕ ਨੀਂਦ ਹੈ। ਇਸ ਅਗਿਆਨਤਾ ਦੀ ਨੀਂਦ ਵਿੱਚੋਂ ਫਿਰ ਜਗਾਉਣ ਲਈ ਇੱਕੋ ਇੱਕ ਸਹਾਰਾ ਹੈ। ਉਹ ਡਾਕਟਰ ਦਾ ਨਹੀਂ, ਉਹ ਰਿਸ਼ਤੇਦਾਰ ਮਿੱਤਰ ਦੋਸਤ ਦਾ ਨਹੀਂ, ਉਹ ਹੈ ਸਤਿਗੁਰੂ ਦਾ ਸਹਾਰਾ। ਉਹ ਅਗਿਆਨਤਾ ਦੀ ਨੀਂਦ ਵਿੱਚੋਂ ਜਗਾਉਂਦਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਨੇ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ, ਸਤਿਗੁਰ ਸੇਵਨ ਜਗਨ ਸੇ, ਸਤਿਗੁਰ ਸੇਵਨ ਜਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ। ਇਹ ਹੈ ਅਗਿਆਨਤਾ ਦੀ ਨੀਂਦ, ਜੋ ਜਗਾਉਣ ਲਈ ਸਤਿਗੁਰੂ ਦੇ ਸਹਾਰੇ ਦੀ ਲੋੜ ਹੈ। ਪਰ ਇੱਕ ਇਸ ਤੋਂ ਅਗਲੀ ਨੀਂਦ ਹੈ, ਜਿਸ ਨੂੰ ਮਨੁੱਖਤਾ ਨੇ, ਸੰਸਾਰ ਨੇ ਸਦਾ ਦੀ ਨੀਂਦ ਆਖਿਆ ਹੈ। ਉਹਨੂੰ ਆਖਦੇ ਨੇ ਮੌਤ। ਸਦਾ ਦੀ ਨੀਂਦ ਨੂੰ ਮੌਤ ਆਖਦੇ ਨੇ। ਪਰ ਇੱਕ ਖਿਆਲ ਕਰਿਓ, ਨੀਂਦ ਭਾਵੇਂ ਕੋਈ ਛੋਟੀ ਹੋਵੇ ਜਾਂ ਲੰਬੀ ਹੋਵੇ, ਉਹਨਾਂ ਦੇ ਵਿੱਚ ਇੱਕ ਸਾਂਝ ਹੈ। ਉਹ ਸਾਂਝ ਕੀ ਹੈ? ਕਿ ਨੀਂਦ ਵਿੱਚ ਆਪਣਾ ਬੇਗਾਨਾ, ਦੁੱਖ ਸੁੱਖ, ਹਾਨ ਲਾਭ ਸਭ ਕੁਝ ਭੁੱਲ ਜਾਂਦਾ, ਅਤੇ ਮਨੁੱਖ ਉਸ ਨੂੰ ਸੁੱਖ ਦੀ ਨੀਂਦ ਸਮਝ ਬਹਿੰਦਾ। ਅਗਿਆਨਤਾ ਵਿੱਚ ਵੀ, ਬਚਪਨ ਵਿੱਚ ਵੀ, ਨੀਂਦ ਵਿੱਚ ਵੀ, ਜਦੋਂ ਰਾਤ ਦੀ ਨੀਂਦ ਲੈਂਦੇ ਹਾਂ ਉਦੋਂ ਵੀ ਸਾਨੂੰ ਨਹੀਂ ਪਤਾ ਹੁੰਦਾ ਕੀ ਹੋ ਰਿਹਾ। ਰਾਤ ਦੇ ਅੰਧੇਰੇ ਵਿੱਚ ਜਦੋਂ ਅਸੀਂ ਸੁੱਤੇ ਪਏ ਹੋਈਏ, ਘਰ ਨੂੰ ਚੋਰ ਲੱਗ ਜਾਣ, ਸਾਰੀ ਰਾਤ ਵਿੱਚ ਉਹ ਘਰ ਲੁੱਟ ਲੈ ਕੇ ਚਲੇ ਜਾਣ, ਅਸੀਂ ਸੁਪਨੇ ਹੀ ਵੇਖਦੇ ਰਹਿ ਜਾਂਦੇ ਹਾਂ, ਸਾਨੂੰ ਪਤਾ। ਜਦੋਂ ਕੁਛ ਭੁੱਲ ਜਾਏ, ਉਸਦਾ ਨਾਂ ਨੀਂਦ ਹੈ। ਸਤਿਗੁਰੂ ਨੇ ਇਸੇ ਲਈ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ, ਇੱਕ ਗੱਲ ਖਿਆਲ ਕਰੀ, ਕਿਸੇ ਵੀ ਨੀਂਦ ਵਿੱਚ ਸੌਵੇ, ਉਹਦੇ ਵਿੱਚ ਕੁਛ ਗੁਆਚਦਾ। ਜੇ ਕੁਝ ਹੋਰ ਨਾ ਵੀ ਗੁਆਚੇ ਤਾਂ ਜੀਵਨ ਦਾ ਸਮਾਂ ਜਿਹੜਾ ਇੰਨਾ ਕੀਮਤੀ ਹੈ, ਜਿਹਦਾ ਇੱਕ ਇੱਕ ਪਲ, ਇੱਕ ਸਵਾਸ ਦੀ ਤੂੰ ਕੀਮਤ ਨਹੀਂ ਦੇ ਸਕਦਾ, ਕਿ ਤੂੰ ਖਰੀਦ ਨਹੀਂ ਸਕਦਾ। ਉਹ ਪਤਾ ਨਹੀਂ ਰਾਤ ਦੇ ਕਿੰਨੇ ਘੰਟੇ ਤੂੰ ਕਿੰਨੇ ਹਜ਼ਾਰਾਂ ਸਵਾਸ ਲੈ ਜਾਣਾ, ਤੈਨੂੰ ਪਤਾ ਹੀ ਨਹੀਂ ਹੁੰਦਾ। ਤੂੰ ਗੁਆਚ ਗਏ ਨਾ ਜੀਵਨ ਵਿੱਚੋਂ, ਜੀਵਨ ਦਾ ਕੀਮਤੀ ਸਮਾਂ ਗੁਆਚਣਾ, ਇਹ ਵੀ ਇੱਕ ਗੁਆਚਣਾ। ਸਤਿਗੁਰੂ ਕਹਿੰਦੇ ਨੇ, ਪਰ ਗੁਆਚਦਾ ਨੀਂਦ ਵਿੱਚ। ਰਾਤ ਨੂੰ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕੁਦ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਕਿਉਂਕਿ ਸੁੱਤਾ ਪਿਆ, ਕੇਵਲ ਸੁਪਨਾ ਦੇਖ ਰਿਹਾ, ਜੇ ਸੁਪਨੇ ਤੋਂ ਕੋਈ ਪ੍ਰਾਪਤੀ ਨਹੀਂ। ਜੋ ਜਾਗੇ ਸੇ ਉਭਰੇ, ਸੂਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸਤਿਗੁਰੂ ਕਹਿੰਦੇ ਨੇ, ਇੱਕ ਖਿਆਲ ਕਰੀ, ਇਸ ਲਈ ਕੁਛ ਨਾ ਜਾਣਨਾ, ਕੁਛ ਨਾ ਵਿਚਾਰਨਾ, ਇਹ ਅਗਿਆਨਤਾ ਇੱਕ ਮੌਤ ਵਾਂਗੂ ਸੁੱਖ ਹੈ। ਮੌਤ ਵੀ ਜਦੋਂ ਆਉਂਦੀ ਹੈ, ਮਨੁੱਖ ਕੁਛ ਜਾਣ ਨਹੀਂ ਸਕਦਾ, ਉਹਦੇ ਉੱਤੋਂ ਕੋਈ ਕਫਨ ਵੀ ਲਾ ਕੇ ਲੈ ਜਾਏ, ਉਹਦੀ ਜੇਬ ਵਿੱਚੋਂ ਕੋਈ ਘਰ ਦੀਆਂ ਆਪਣੇ ਖਜ਼ਾਨੇ ਦੀਆਂ ਚਾਬੀਆਂ ਕੱਢ ਲੈ, ਉਹਨੂੰ ਕੋਈ ਪਤਾ ਨਹੀਂ। ਨੀਂਦ ਹੈ ਨਾ, ਭਾਵੇਂ ਸਦਾ ਦੀ ਨੀਂਦ ਹੈ, ਆਖਰ ਕੋਈ ਵੀ ਨੀਂਦ ਹੈ, ਉਹ ਮੌਤ ਦਾ ਹੀ ਇੱਕ ਦੂਜਾ ਰੂਪ ਹੈ। ਤੇ ਸਤਿਗੁਰੂ ਨੇ ਇਸੇ ਲਈ ਬਾਣੀ ਵਿੱਚ ਇੱਕ ਗੱਲ ਆਖ ਦਿੱਤੀ, ਜਾਗਣ ਤੇ ਹੀ ਜੀਵਨ ਦਾ ਸੰਘਰਸ਼ ਸ਼ੁਰੂ ਹੁੰਦਾ ਹੈ। ਰਹਿ ਗਏ ਅਧੂਰੇ ਕਾਜ ਲਈ ਫਿਕਰ ਵੀ,
ਚਿੰਤਾ ਵੀ ਜਾਗਣ ਤੇ ਹੀ ਹੁੰਦੀ ਜਦੋਂ ਦਿਨ ਚੜ੍ਹਦਾ ਉਦੋਂ ਫਿਰ ਲਿਸਟ ਬਣਾਉਂਦਾ ਮੈਂ ਕੀ ਕਰਨਾ ਕੀ ਮੇਰਾ ਕੱਲ ਕੰਮ ਰਹਿ ਗਿਆ ਜੋ ਅੱਜ ਕਰਨਾ ਸੁੱਤੇ ਨੂੰ ਕੋਈ ਫਿਕਰ ਨਹੀਂ ਹੁੰਦਾ ਇਸ ਲਈ ਇਹ ਗੱਲ ਵੱਖਰੀ ਹੈ ਕਿ ਮਨੁੱਖ ਨੂੰ ਇਹ ਨਹੀਂ ਪਤਾ ਹੁੰਦਾ ਇਸ ਨੀਂਦ ਵਿੱਚ ਤੋਂ ਜਾਗਣ ਤੋਂ ਬਾਅਦ ਵੀ ਅੱਜ ਕੀ ਦੇਖਣਾ ਕਿ ਮੇਰਾ ਕਾਜ ਕਿਹੜਾ ਆਪਣੇ ਕਾਜ ਕੋ ਕਿਉਂ ਅਲਕਾਈਏ ਆਪਣੇ ਕਾਜ ਲਈ ਮਨੁੱਖ ਨਹੀਂ ਜਾਗ ਰਿਹਾ ਸੰਸਾਰਿਕ ਕਾਜਾਂ ਲਈ ਇਸ ਲਈ ਭਲਿਆ ਜਾਗ ਚਿੰਤਾ ਕਰ ਚਿੰਤਾ ਪੈਦਾ ਹੁੰਦੀ ਹੈ ਫਿਕਰ ਪੈਦਾ ਹੁੰਦੇ ਨੇ ਕੰਮਾਂ ਦੇ ਆਪਣੇ ਕਾਜ ਕੋਈ ਅਧੂਰੇ ਨਾ ਰਹਿ ਜਾਣ ਇਹ ਸਾਰੀ ਫਿਕਰ ਤੇ ਚਿੰਤਾ ਜਿਹੜੀ ਹੈ ਨਾ ਉਸ ਚਿੰਤਾ ਨੂੰ ਹੀ ਬਾਬਾ ਕਬੀਰ ਨੇ ਬਲਾ ਆਖਿਆ ਹੈ ਕਹਿੰਦਾ ਮੈਂ ਜਿੰਨੀ ਦੇਰ ਕੋਲੇ ਸੁੱਤਾ ਰਹਿੰਦਾ ਅਗਿਆਨਤਾ ਦੀ ਨੀਂਦ ਮੈਨੂੰ ਵੀ ਚਿੰਤਾ ਨਾ ਹੁੰਦੀ ਜਿਵੇਂ ਘਰ ਲੁੱਟਿਆ ਜਾਣ ਤੇ ਕਿਸੇ ਸੁੱਤੇ ਨੂੰ ਚਿੰਤਾ ਨਹੀਂ ਹੁੰਦੀ ਪਰ ਜਦੋਂ ਦਾ ਮੈਂ ਜਾਗ ਪਿਆ ਮੈਨੂੰ ਆਪਣੇ ਘਰ ਦਾ ਆਪਣੇ ਜੀਵਨ ਦਾ ਫਿਕਰ ਪੈ ਗਿਆ ਇਹ ਚਿੰਤਾ ਹੈ ਇਹ ਚਿੰਤਾ ਜਿਹੜੀ ਹੈ ਮੇਰੇ ਲਈ ਇੱਕ ਬਲਾ ਬਣ ਗਈ ਹੈ ਆਪਣੀ ਵਿਅੰਗ ਕਰਦੇ ਹੋਏ ਬਾਬਾ ਕਬੀਰ ਕਹਿੰਦੇ ਨੇ ਮੈਂ ਜਦੋਂ ਆਖਦੇ ਨੇ ਜਦੋਂ ਮੈਂ ਜਾਗ ਪਿਆ ਚਿੰਤਾ ਬਲਾ ਮੈਨੂੰ ਸੌਣ ਨਹੀਂ ਦਿੰਦੀ ਹੁਣ ਮੈਨੂੰ ਫਿਕਰ ਹੈ ਕਿ ਰਹਿਣ ਗਈ ਮਤ ਦਿਨ ਵੀ ਜਾਏ ਮੈਨੂੰ ਫਿਕਰ ਹੈ ਕਿ ਜਰਾ ਜੀਵਨ ਜੋਬਨ ਗਿਆ ਕੱਛ ਕੀ ਆ ਨਾ ਨਿੱਕਾ ਇਹ ਜੀਰਾ ਨਿਰਮੋਲ ਕੋਡੀ ਲੱਗ ਮੀਕਾ ਜੇ ਕਹਿਣ ਲੱਗੇ ਬਸ ਮੈਨੂੰ ਤੇ ਹੁਣ ਹਮੂ ਜੋ ਬੂਝਾ ਬੂਝਣਾ ਪੂਰੀ ਪਈ ਬਲਾਏ ਮੈਨੂੰ ਹੁਣ ਗਿਆਨ ਆ ਗਿਆ ਹੈ ਮੈਂ ਅਗਿਆਨਤਾ ਦੀ ਨੀਂਦ ਸੁੱਤਾ ਨਹੀਂ ਜਾਗ ਪਿਆ ਇਸ ਲਈ ਜਾਗਿਆ ਹੋਇਆ ਮੈਨੂੰ ਇੱਕ ਇੱਕ ਪਲ ਦਾ ਫਿਕਰ ਹੈ ਕਿ ਕਿਤੇ ਵਿਅਰਥ ਨਾ ਚਲਾ ਜਾਏ ਮੈਨੂੰ ਇਹੋ ਗੱਲ ਬਾਬਾ ਕਬੀਰ ਕਹਿੰਦੇ ਨੇ ਕਿਨਹੂ ਕਿਛ ਜਿਨਹੂ ਕਿਛ ਜਾਣਿਆ ਨਹੀਂ ਜਿਨਹੂ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾ ਮਨੁੱਖ ਨੂੰ ਆਪਣੇ ਜੀਵਨ ਦੇ ਹੋ ਰਹੇ ਸਵਾਸਾਂ ਦੇ ਜੀਵਨ ਦੇ ਸਮੇਂ ਦਾ ਨੁਕਸਾਨ ਦਾ ਪਤਾ ਹੀ ਨਹੀਂ ਲੱਗਦਾ ਨੀਂਦ ਹੈ ਕਹਿਣ ਲੱਗੇ ਜਦੋਂ ਗਿਆਨ ਦੀ ਜਾਗਰਤੀ ਆਉਂਦੀ ਹੈ ਗੁਰੂ ਬਖਸ਼ਿਸ਼ ਕਰ ਦਿੰਦਾ ਹੈ ਜਗਾ ਦਿੰਦਾ ਹੈ ਉਦੋਂ ਇੱਕ ਫਿਕਰ ਅਤੇ ਚਿੰਤਾ ਲੱਗ ਜਾਂਦੀ ਹੈ ਉਹ ਚਿੰਤਾ ਹੁੰਦੀ ਹੈ ਰਹਿਣ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆਏ ਕਾਚੇ ਕਰਵੇ ਰਹੇ ਨਾ ਪਾਣੀ ਜਿਵੇਂ ਕੱਚੇ ਘੜੇ ਵਿੱਚ ਪਾਣੀ ਹਮੇਸ਼ਾ ਨਹੀਂ ਟਿਕਿਆ ਰਹਿੰਦਾ ਬੂੰਦ 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 ਕਰਕੇ ਵਗ ਜਾਂਦਾ ਚੋ ਜਾਂਦਾ ਹੈ ਇਸੇ ਤਰ੍ਹਾਂ ਇਹ ਸਰੀਰ ਜਿਹੜਾ ਹੈ ਕੱਚੇ ਘੜੇ ਵਾਂਗੂ ਹੈ ਇਹਦੇ ਵਿੱਚ ਸਵਾਸਾਂ ਦਾ ਪਾਣੀ ਇੱਕ ਇੱਕ ਸਵਾਸ ਕਰਕੇ ਖਤਮ ਹੋ ਜਾਣਾ ਹੈ ਇਸ ਲਈ ਚੰਗੀ ਗੱਲ ਹੈ ਫਿਕਰ ਕਰ ਚਿੰਤਾ ਕਰ
उस नींद वांगू बेहोशी वांगू उस अज्ञानता दी नींद विच सौ के जीवन दा ए नुकसान ना कर लै बल्कि एक बला वांगू जागृति रख मनो मन अंदर एक फिकर बला वांगू तेनू पै जाए कि तू अपने जीवन दा एक एक श्वास संभाल के रखे बर्बाद ना होन देवे इना शब्दा नाल के मादा जा चेता फतेह बुलाओ वाहिगुरु जी का खालसा वाहिगुरु जी की फतेह।